ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਅਯੋਧਿਆ ਵਿਵਾਦ ਤੇ ਆਖਿਰ ਸੁਪਰੀਮ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ, ਜਿਸ 'ਚ ਰਾਮ ਮੰਦਰ ਬਣਾਉਣ ਦੀ ਉਸਾਰੀ ਦੇ ਹੱਕ 'ਚ ਫੈਸਲਾ ਲਿਆ ਗਿਆ ਅਤੇ ਦੂਜੇ ਪਾਸੇ ਮਸਜਿਦ ਦੀ ਉਸਾਰੀ ਲਈ ਬਦਲਵੀਂ ਥਾਂ ਤੇ 5 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ। ਫੈਸਲਾ ਸੁਣਾਉਣ ਤੋਂ ਬਾਅਦ ਹਿੰਦੂ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਅਤੇ ਮੁਸਲਿਮ ਭਾਈਚਾਰੇ 'ਚ ਰੋਸ ਦਿਖਾਈ ਦਿੱਤਾ। ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਤੇ ਇਸ ਫੈਸਲੇ ਨੂੰ ਖੁੱਲੇ ਦਿਲ ਨਾਲ ਹਰ ਵਰਗ ਦੇ ਭਾਈਚਾਰੇ ਵੱਲੋਂ ਸਵੀਕਾਰ ਵੀ ਕੀਤਾ ਗਿਆ। ਇੱਕ ਐਸੇ ਮਹੱਤਵਪੂਰਨ ਮਾਮਲੇ ਪਰ ਫੈਸਲਾ ਸੁਣਾਇਆ ਹੈ ਜਿਸ ਕੇ ਪਿੱਛੇ ਸੈਂਕੜੋ ਵਰਸ਼ੋਂ ਕਾ ਇੱਕ ਦੀਰਘਕਾਲੀਨ ਇਤਿਹਾਸ ਹੈ। ਪੂਰੇ ਦੇਸ਼ ਕੀ ਇਹ ਇੱਛਾ ਥੀ ਕਿ ਇਸ ਮਾਮਲੇ ਕੀ ਅਦਾਲਤ ਮੈਂ ਹਰ ਰੋਜ਼ ਸੁਣਵਾਈ ਹੋ, ਜੋ ਹੋਈ ਔਰ ਆਜ ਨਿਰਣੈ ਆ ਚੁੱਕਾ ਹੈ। ਦਸਕੋਂ ਤੱਕ ਚਲੀ ਨਿਆਂ ਪ੍ਰਕਿਰਿਆ ਔਰ ਉਸ ਪੂਰੀ ਪ੍ਰਕਿਰਿਆ ਕਾ ਅਬ ਸਮਾਪਨ ਹੁਆ ਹੈ। ਸਾਥੀਓ, ਪੂਰੀ ਦੁਨੀਆ ਯੇ ਤੋ ਮਾਨਤੀ ਹੀ ਹੈ ਕਿ ਭਾਰਤ ਦੁਨੀਆ ਕਾ ਸਬਸੇ ਬੜਾ ਲੋਕਤਾਂਤਰਿਕ ਦੇਸ਼ ਹੈ। ਆਜ ਦੁਨੀਆ ਨੇ ਯੇ ਵੀ ਜਾਣ ਲਿਆ ਹੈ ਕਿ ਭਾਰਤ ਕਾ ਲੋਕਤੰਤਰ ਕਿਤਨਾ ਜੀਵੰਤ ਹੈ ਔਰ ਕਿਤਨਾ ਮਜ਼ਬੂਤ ਹੈ। ਫੈਸਲਾ ਆਨੇ ਕੇ ਬਾਅਦ ਜਿਸ ਪ੍ਰਕਾਰ ਹਰ ਵਰਗ ਨੇ, ਹਰ ਸਮੁਦਾਇ ਨੇ, ਹਰ ਪੰਥ ਕੇ ਲੋਗੋ ਨੇ, ਪੂਰੇ ਦੇਸ਼ ਨੇ ਖੁੱਲ੍ਹੇ ਦਿਲ ਸੇ ਇਸੇ ਸਵੀਕਾਰ ਕੀਆ ਹੈ, ਉਹ ਭਾਰਤ ਕੀ ਪੁਰਾਤਨ ਸੰਸਕ੍ਰਿਤੀ, ਪਰੰਪਰਾਓ ਔਰ ਸਦਭਾਵ ਕੀ ਭਾਵਨਾ ਕੋ ਪ੍ਰਤੀਬਿੰਬਿਤ ਕਰਤਾ ਹੈ। ਭਾਈ ਔਰ ਬਹਿਨੋ, ਭਾਰਤ ਜਿਸਕੇ ਲਈ ਜਾਣਾ ਜਾਤਾ ਹੈ ਔਰ ਹਮ ਇਸ ਬਾਤ ਕਾ ਗਰਵ ਸੇ ਉਲੇਖ ਵੀ ਕਰਤੇ ਹੈ, ਵਿਵਿਧਤਾ ਮੇਂ ਏਕਤਾ, ਵਿਵਿਧਤਾ ਮੇਂ ਏਕਤਾ, ਆਜ ਯਹ ਮੰਤਰ ਆਪਣੀ ਪੂਰਨਤਾ ਕੇ ਸਾਥ ਖਿਲਾ ਹੁਆ ਨਜ਼ਰ ਆਤਾ ਹੈ, ਗਰਵ ਹੋਤਾ ਹੈ। ਹਜ਼ਾਰੋਂ ਸਾਲ ਬਾਅਦ ਵੀ ਕਿਸੀ ਕੋ ਵਿਵਿਧਤਾ ਮੇਂ ਏਕਤਾ, ਭਾਰਤ ਕੇ ਇਸ ਪ੍ਰਾਣ ਤੱਤਵ ਕੋ ਸਮਝਣਾ ਹੋਗਾ ਤੋ ਵੋ ਆਜ ਕੇ ਇਤਿਹਾਸਿਕ ਦਿਨ ਕਾ, ਆਜ ਕੀ ਘਟਨਾ ਕਾ ਜ਼ਰੂਰ ਉਲੇਖ ਕਰੇਗਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।